ਤੁਸੀਂ ਦੇਖ ਰਹੇ ਹੋ CWT ਪ੍ਰਾਈਮ ਟੀਵੀ ਗੱਲ ਤੁਹਾਡੇ ਹੱਕ ਅਤੇ ਸੱਚ ਦੀ। CWT प्राइम टीवी तुहाडा बहुत बहुत स्वागत करते हाँ। मैं हाँ जी नवनीत कौर। अज असीं पहुँचे हाँ पिंड बख्शीवाल जो कि पासो रोड से स्थित है। तो इत्थे कुछ वीर जिहड़े कि प्रवासी वीर सीगे कुछ सीज़न लगा के आए हैं। आपां उन्हां नाल गलबात करते हाँ क्योंकि उन्हां नूं एकांतवास किया होया आइसोलेट किया होया पिंड दे सरकारी स्कूल विच असीं अज उत्थे पहुँच चुके हैं। तो आओ आपां उन्हां नाल गलबात करते हाँ कि वह कित्थों आए हैं तो उन्हां दा किहो जिहा उन्हां नूं आइसोलेशन टाइम उन्हां नूं किद्दां दी जिहड़ी है इत्थे फैसिलिटीज़ मिल रही ने। मतलब की 15 दिन रुक रहे हो ਤੇ ਸੰਤਰ ਸਰ ਤੁਹਾਨੂੰ ਖਾਣੇ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੋਵੇ? ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਇੱਥੇ ਜਿਹੜਾ ਤੁਹਾਡਾ ਸਾਰਾ ਪ੍ਰਬੰਧ ਕਿਹਦੇ ਦੁਆਰਾ ਕੀਤਾ ਗਿਆ? ਸਰਪੰਚ ਸਾਹਿਬ ਦੁਆਰਾ ਕਰਿਆ ਗਿਆ। ਠੀਕ ਹੈ ਸਰ। ਤੇ ਕਿੰਨੇ ਤੁਸੀਂ ਇੱਥੇ ਰਹਿ ਰਹੇ ਹੋ, ਕਿੰਨੇ ਜਣੇ ਇੱਥੇ ਹੈਗੇ? ਅਸੀਂ 6-7 ਜਣੇ ਜੀ, ਬਾਕੀ ਹੋਰ ਆ ਜਾਣਗੇ। ਹਲੇ ਤਾਂ ਇਹ ਚੱਲੇ ਰਹੀਆਂ ਨੇ ਕਮੈਨਾਂ ਹੀ ਬਾਹਰ ਪੇਪਰ ਵਗੈਰਾ। ਠੀਕ ਹੈ ਸਰ। ਤੇ ਤੁਸੀਂ ਆਪਣੇ ਆਪ ਨੂੰ ਇੱਥੇ ਇੱਕ ਦੂਜੇ ਤੋਂ ਕਿਵੇਂ ਆਈਸੋਲੇਟ ਕਰ ਰਹੇ ਹੋ? ਬਸ ਦੂਰ ਰਹਿ ਰਹੇ ਹਾਂ ਇੱਕ ਦੂਜੇ ਤੋਂ। ਠੀਕ ਹੈ ਸਰ। ਤੇ ਹੋਰ ਕਿਸ ਤਰ੍ਹਾਂ ਦੀਆਂ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਗਰਮ ਪਾਣੀ ਦਾ ਪ੍ਰਯੋਗ ਕਰਨਾ ਜਾਂ ਹੋਰ ਕਿਸ ਤਰ੍ਹਾਂ ਦੀਆਂ ਤੁਸੀਂ ਇੱਥੇ ਸਾਵਧਾਨੀਆਂ ਵਰਤ ਰਹੇ ਹੋ? ਸਾਰਾ ਕੁਝ ਹੈਗਾ ਜੀ, ਹੈਂਡ ਵਾਸ਼ ਵਗੈਰਾ ਦਿੱਤੇ ਵੀ ਨੇ, ਸਾਰੇ ਮਾਸਕ ਵਗੈਰਾ ਜੀ, ਅੱਡ ਕਮਰੇ 'ਚ ਪਏ ਪਾਣੀ ਭਰਿਆ ਪਿਆ ਜੀ, ਗਰਮ ਹੋ ਰਿਹਾ ਜੀ, ਬਸ ਪੀਲਾ ਨਹੀਂ ਉਹਨੂੰ। ਠੀਕ ਹੈ ਸਰ, ਚਲੋ ਆਓ ਤੁਹਾਨੂੰ ਲੈ ਚੱਲਦੇ ਹਾਂ ਕੁਛ ਹੋਰ ਵੀਰਾਂ ਵੱਲ। ਉਹਨਾਂ ਦੀ ਵੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਪਤਾ ਕਰਦੇ ਹਾਂ ਕਿ ਉਹ ਉਹਨਾਂ ਦਾ ਕਿਸ ਤਰ੍ਹਾਂ ਦਾ ਹੈ। ਸਰ ਤੁਸੀਂ ਕਿੱਥੋਂ ਆਏ ਹੋ? ਠੀਕ ਹੈ ਜੀ। ਸਰ ਤੁਸੀਂ ਇੱਥੇ ਆਪਣਾ ਪਰਹੇਜ਼ ਕਰ ਰਹੇ ਹੋ? ਹਾਂ ਜੀ, ਕਰ ਰਹੇ ਜੀ ਪੂਰਾ। ਠੀਕ ਹੈ ਸਰ। ਤੁਹਾਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਤੰਗੀ? ਨਾ ਜੀ, ਕੋਈ ਤਕਲੀਫ ਨਹੀਂ ਹੈ। ਠੀਕ ਹੈ ਸਰ। ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਬੁਖਾਰ ਜਾਂ ਕੁਝ ਇਸ ਤਰ੍ਹਾਂ ਤੁਹਾਡੇ ਸਾਰੇ ਮੈਂਬਰਾਂ 'ਚੋਂ? ਨਾ ਜੀ, ਓਕੇ, ਸਾਰੇ ਓਕੇ। ਤੇ ਸਰ ਤੁਹਾਨੂੰ ਕੋਈ ਮੈਡੀਕਲ ਇੱਥੇ ਫੈਸਿਲਿਟੀ ਮਿਲੀ? ਹਾਂ ਜੀ, ਮੈਡੀਕਲ ਕੋਈ ਦਵਾਈ ਤਾਂ ਨਹੀਂ ਆਈ ਜੀ ਸਾਡੇ ਕੋਲ, ਬਾਕੀ ਹੁਣ ਟੀਮ ਆਉਂਦੀ ਹੈ, ਡਾਕਟਰ ਜੀ ਚੈੱਕ ਕਰਕੇ ਸਾਨੂੰ ਦਵਾਈ ਦਿੰਦੇ ਆ ਜੀ। ਅੱਛਾ, ਤੁਹਾਡਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਟੀਮ ਦੁਆਰਾ? ਕਿੱਥੋਂ ਆਉਂਦੀ ਹੈ ਸਰ ਉਹ ਟੀਮ? ਇੱਥੇ ਆਪਣੇ ਡਿਸਪੈਂਸਰੀ 'ਚ ਆਉਂਦੀ ਹੈ। ਅੱਛਾ ਜੀ, ਤਾਂ ਉਹ ਤੁਹਾਨੂੰ ਰੋਜ਼ ਚੈੱਕ ਕਰਦੇ ਨੇ? ਰੋਜ਼? ਹਾਂ ਜੀ, ਤੀਜੇ ਦਿਨ, ਦੂਜੇ ਤੀਜੇ ਦਿਨ ਆ ਜਾਂਦੇ। ਠੀਕ ਹੈ। ਤੇ ਵੈਸੇ ਤੁਹਾਨੂੰ ਉਸ ਕੋਈ ਮੈਡੀਕਲ ਫੈਸਿਲਿਟੀ ਨਹੀਂ ਦਿੱਤੀ ਗਈ? ਕੋਈ ਐਸਾ ਕੋਈ ਉਹ ਨਹੀਂ, ਉਹ ਕਹਿੰਦੇ ਵੀ ਤੁਸੀਂ ਠੀਕ ਠਾਕ ਹੋ। ਠੀਕ ਹੈ, ਮਤਲਬ ਉਹਨਾਂ ਦਾ ਕਹਿਣਾ ਕਿ ਤੁਹਾਡਾ ਟੈਂਪਰੇਚਰ ਠੀਕ ਹੈ ਤਾਂ ਤੁਸੀਂ ਸੇਫ ਹੋ। ਠੀਕ ਹੈ ਸਰ। ਤੁਸੀਂ ਕੋਵਿਡ ਟੈਸਟ ਕਰਾਇਆ? ਕਿਵੇਂ ਜੀ? ਜਿਹੜਾ ਇੱਕ ਇਹ ਮਹਾਮਾਰੀ ਦਾ ਟੈਸਟ ਹੁੰਦਾ, ਸਪੈਸ਼ਲ ਟੈਸਟ ਕਰੋਨਾ ਦਾ? ਨਾ ਨਾ ਜੀ, ਉਹ ਨਹੀਂ ਕਰਾਇਆ, ਸਾਡਾ ਬਾਰਡਰ ਤੇ ਜ਼ਰੂਰ ਹੋਇਆ ਜੀ। ਬਾਰਡਰ ਤੇ ਕਿੱਥੇ ਸਰ? ਹਰਿਆਣੇ ਦਾ ਬਾਰਡਰ ਪਾਰ ਕਰਿਆ ਨਾ ਪੰਜਾਬ 'ਚ ਆਇਆ, ਉੱਥੇ ਜ਼ਰੂਰ ਸਾਡੇ, ਉੱਥੇ ਟੀਮ ਬਹੁਤ ਤਕੜੀ ਖੜੀ ਆ ਜੀ। ਉਹਨਾਂ ਨੇ ਕਿਵੇਂ ਟੈਸਟ ਤੁਹਾਡਾ ਲਿਆ? ਬਸ ਆਹੀ ਜਿਵੇਂ ਆਪਣਾ ਪਿਸਤੌਲ ਜਿਹਾ ਲਾ ਕੇ ਜੀ, ਬਾਕੀ ਦਾ ਹੋਰ ਕਰਕੇ ਜੀ। ਬੇਸਿਕ ਤੁਹਾਡਾ ਐਗਜ਼ਾਮਿਨ ਕੀਤਾ ਉਹਨਾਂ ਨੇ, ਤੁਹਾਡਾ ਫੀਵਰ, ਕਫ ਵਗੈਰਾ? ਠੀਕ ਹੈ। ਜਿਹੜਾ ਇੱਕ ਕਰੋਨਾ ਦਾ ਟੈਸਟ ਹੁੰਦਾ ਉਹ ਤੁਹਾਡਾ ਨਹੀਂ ਹੋਇਆ, ਤਾਂ ਉਹਦੇ ਬਾਰੇ ਤੁਹਾਨੂੂੰ ਕੋਈ ਜਾਣਕਾਰੀ ਕਿ ਤੁਹਾਨੂੰ ਕਰਾਉਣਾ ਪਏਗਾ ਜਾਂ ਤੁਹਾਨੂੰ ਜ਼ਰੂਰਤ ਹੈ ਜਾਂ ਨਹੀਂ, ਕੁਛ ਇੱਦਾਂ ਦੀ ਤੁਹਾਨੂੰ? ਸਾਨੂੰ ਕੋਈ ਇਹ ਜਾਣਕਾਰੀ ਨਹੀਂ ਮਿਲੀ ਜੀ, ਨਾ ਸਾਨੂੰ। ਠੀਕ ਹੈ ਜੀ। ਸਰਪੰਚ ਨਾਲ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ? ਜਸਵਿੰਦਰ ਸਿੰਘ। ਠੀਕ ਹੈ ਸਰ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਮਹਾਂਮਾਰੀ ਹੈ ਜਿਹੜੀ ਦਿਨ ਪਰ ਦਿਨ ਵੱਧ ਰਹੀ ਹੈ, ਸੋ ਤੁਸੀਂ ਆਪਣੇ ਪਿੰਡ ਦੇ ਬਚਾਅ ਲਈ ਕੀ ਕਰ ਰਹੇ ਹੋ? ਅਸੀਂ ਪਿੰਡ ਦੇ ਬਚਾਅ ਲਈ ਲੋਕਾਂ ਨੂੰ ਸਮਝਾ ਵੀ ਰਹੇ ਹਾਂ, ਅਤੇ ਜੋ ਮੈਡੀਸਨ 'ਚ ਇਹਨਾਂ ਦਾ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਬੁਖਾਰ ਵਗੈਰਾ ਹੁੰਦਾ, ਉਹਦੀ ਦਵਾਈ ਵੀ ਦਾ ਸਹੂਲਤ ਸਾਡੇ ਕੋਲ ਹੈਗੀ ਹੈ, ਅਤੇ ਟੈਂਪਰੇਚਰ ਵੀ ਚੈੱਕ ਕਰਦੇ ਹਾਂ। ਇਹਨਾਂ ਸਕੂਲ ਦੇ ਵਿੱਚ ਰਹਿਣ ਦਾ ਇਕੱਲੇ ਇਕੱਲੇ ਰਹਿਣ ਵਾਸਤੇ ਅਸੀਂ ਕਮਰੇ ਮੁਹੱਈਆ ਕਰਾਏ ਨੇ, ਅਤੇ ਸੈਨੀਟਾਈਜ਼ਰ ਵੀ ਹੱਥ ਧੋਣ ਵਾਸਤੇ ਜਾਂ ਹੋਰ ਸਭ ਕੁਝ ਦਿੱਤਾ ਹੋਇਆ ਇਹਨਾਂ ਨੂੰ। ਅੱਛਾ ਸਰ, ਕਿੰਨਾ ਨੂੰ ਤੁਸੀਂ ਕਮਰੇ ਦਿੱਤੇ ਨੇ ਜੀ? ਜਿਹੜੇ ਬਾਹਰੋਂ MP ਤੋਂ ਜਾਂ ਮਹਾਰਾਸ਼ਟਰ ਕਿਤੋਂ ਵੀ ਆਉਂਦੇ ਨੇ ਸੀਜ਼ਨ ਲਾ ਕੇ,
ਉਹਨਾਂ ਵਾਸਤੇ ਆਪਣਾ ਸਕੂਲ ਦੇ ਵਿੱਚ ਰਹਿਣ ਵਾਸਤੇ ਇੰਤਜ਼ਾਮ ਕਰਿਆ ਹੋਇਆ। ਠੀਕ ਹੈ ਸਰ, ਅਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ, ਜਿਹੜਾ ਉਹਨਾਂ ਦਾ ਖਾਣ ਪੀਣ ਜਾਂ ਉਹਨਾਂ ਨੂੰ ਕੁਝ ਹੋਰ ਸਹੂਲਤਾਂ ਨੇ, ਉਹ ਕੌਣ ਦੇ ਰਿਹਾ? ਖਾਣਾ ਉਹਨਾਂ ਦਾ ਸਰਕਾਰ ਵੱਲੋਂ ਜਾਂ ਪਿੰਡ ਦੀ ਪੰਚਾਇਤ ਵੱਲੋਂ ਜਾਂ ਫਿਰ ਉਹ ਆਪਣੇ ਘਰਾਂ 'ਚੋਂ ਮੰਗਵਾ ਰਹੇ ਨੇ? ਨਹੀਂ, ਉਹ ਉਹਨਾਂ ਦਾ ਜਿਹੜਾ ਖਾਣੇ ਦਾ ਹੈਗਾ ਉਹਨਾਂ ਦੇ ਘਰ ਪਰਿਵਾਰ ਵਾਲੀ ਦੇ ਕੇ ਜਾਂਦੇ ਨੇ, ਜਾਂ ਪੰਚਾਇਤ ਤਾਂ ਕੋਈ ਸਰਕਾਰ ਵੱਲੋਂ ਕੁਝ ਨਹੀਂ ਹੈਗਾ, ਇਹ ਪੰਚਾਇਤ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਇਹਨਾਂ ਦਾ ਖਾਣਾ ਦਾ ਦੋ ਟਾਈਮ ਜਿੰਨਾ ਵੀ ਹੈ ਉਹ ਦੇ ਕੇ ਜਾਂਦੇ। ਠੀਕ ਹੈ ਸਰ, ਮਤਲਬ ਤੁਹਾਡੇ ਮੁਤਾਬਿਕ ਕਿ ਜੋ ਇਹਨਾਂ ਦਾ ਖਾਣੇ ਦਾ ਜਾਂ ਕੋਈ ਹੋਰ, ਉਹ ਸਾਰਾ ਉਹਨਾਂ ਦੇ ਪਰਿਵਾਰ ਵੱਲੋਂ ਹੀ ਕੀਤਾ ਜਾ ਰਿਹਾ? ਠੀਕ ਹੈ ਸਰ, ਅਤੇ ਤੁਸੀਂ ਕੁਝ ਹੋਰ ਸਹੂਲਤਾਂ ਆਪਣੇ ਪਿੰਡ ਨੂੰ ਜਾਂ ਆਪਣੇ ਪਿੰਡ ਦੇ ਬਚਾਅ ਲਈ ਕੋਈ ਇਹੋ ਜਿਹਾ ਕਦਮ ਚੁੱਕਿਆ? ਅਸੀਂ ਪਿੰਡ ਦੇ ਬਚਾਅ ਵਾਸਤੇ ਤਾਂ ਇਹੀ ਵਾਰ ਵਾਰ ਅਲੋਸਮੈਂਟਾਂ ਵੀ ਕਰਾ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ, ਆਪਣੇ ਜਿਹੜੇ ਬੰਦੇ ਆਏ ਨੇ ਆਪਣੇ ਦੂਰ ਰਹਿਣ, ਘਰ ਦੇ ਵਿੱਚ ਪਰਿਵਾਰ ਦੇ ਵਿੱਚ ਮਿਲ ਵਰਤਣ, ਨਾ ਜਿੱਥੇ ਅਸੀਂ ਰਹਿਣ ਵਾਸਤੇ ਇਹਨਾਂ ਨੇ ਬਣਾਇਆ ਹੋਇਆ ਅਤੇ ਉੱਥੇ ਹੀ ਰਹਿਣ। ਸਰ, ਜਿਵੇਂ ਤੁਸੀਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ, ਕੀ ਇਹ ਜਿਹੜੇ ਨੇ ਉਹਦੀ ਪੂਰੀ ਪਾਲਣਾ ਕਰ ਰਹੇ ਨੇ? ਹਾਂਜੀ, ਜਦੋਂ ਸਰਕਾਰ ਵੱਲੋਂ ਹਦਾਇਤਾਂ ਆਉਂਦੀਆਂ ਨੇ ਸਾਡੇ ਕੋਲ ਆਉਂਦੀਆਂ, ਅਸੀਂ ਇਹਨਾਂ ਨੂੰ ਦੱਸਦੇ ਹਾਂ, ਸਾਡੀ ਹਦਾਇਤਾਂ ਦਾ ਪੂਰਾ ਪਾਲਣਾ ਕਰਦੇ ਨੇ। ਪਿੰਡ ਦੇ ਸਹਿਯੋਗੀ ਨੇ ਜਿਹੜੇ ਨਾਲ ਸਾਡੇ, ਉਹ ਵੀ ਕਾਰਨ ਨੇ ਅਤੇ ਪਿੰਡ ਦਾ ਸਾਥ ਬਹੁਤ ਹਨ। ਠੀਕ ਹੈ ਸਰ, ਅਤੇ ਜਿਵੇਂ ਇਹਨਾਂ ਨੂੰ ਤੁਸੀਂ ਆਈਸੋਲੇਟ ਕੀਤਾ ਹੋਇਆ, ਕੀ ਤੁਸੀਂ ਇਹਨਾਂ ਦੀ ਦੇਖਭਾਲ ਲਈ ਇੱਥੇ ਆਉਂਦੇ ਹੋ? ਹਾਂਜੀ ਹਾਂਜੀ, ਅਸੀਂ ਦੋ ਟਾਈਮ ਆਉਂਦੇ ਹਾਂ ਜੀ, ਦੋ ਟਾਈਮ ਆ ਕੇ ਜੇ ਪਾਣੀ ਜਾਂ ਹੋਰ ਜਿਹੜੀ ਚੀਜ਼ ਦੀ ਇਹਨਾਂ ਦੀ ਲੋੜ ਹੁੰਦੀ ਉਹ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਨਾਂ ਨੂੰ ਉਹ ਚੀਜ਼ ਦੀ ਮੁਹੱਈਆ ਕਰਨ ਦੀ ਕੀਤੀ ਜਾਂਦੀ। ਠੀਕ ਹੈ ਸਰ, ਜਿਵੇਂ ਕਿ ਇਹ ਪ੍ਰਵਾਸੀ ਆਪਾਂ ਕਹਿ ਸਕਦੇ ਵੀਰ ਨੇ ਜਿਹੜੇ ਕਿ ਹੋਰ ਸਟੇਟਸ ਦੇ ਵਿੱਚੋਂ ਆਏ ਨੇ, ਸੋ ਇਹਨਾਂ ਦੇ ਜਿੱਥੇ ਰਹਿਣ ਦਾ ਪ੍ਰਬੰਧ ਹੈ ਇੱਥੇ ਕੋਈ ਸੈਨੇਟਾਈਜ਼ਰ ਜਾਂ ਇਸ ਤਰ੍ਹਾਂ ਦਾ ਕੋਈ ਛਿੜਕਾਅ ਕੀਤਾ ਗਿਆ? ਹਾਂਜੀ, ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਗਿਆ ਅਤੇ ਇਹਨਾਂ ਨੂੰ ਆਪਣਾ ਅਸੀਂ ਕੱਲ੍ਹ ਵੀ ਦੇ ਕੇ ਗਏ ਸੈਨੇਟਾਈਜ਼ਰ, ਹੱਥ ਧੋ ਕੇ ਆਪਣਾ ਜੋ ਖਾਣਾ ਖਾਣਾ ਅਤੇ ਉਸਦੇ ਵਾਸਤੇ, ਅਤੇ ਲਹਿਦਾ ਲਹਿਦਾ ਇਹਨਾਂ ਦੇ ਦੂਰ ਦੂਰ ਆਪਣਾ ਮੰਜੇ ਬਿਸਤਰ ਜੋ ਵੀ ਰੱਖੇ ਹੋਏ ਨੇ ਦੂਰ ਰੱਖੇ ਹੋਏ ਹੁੰਦੇ। ਸਰ, ਇਹਨਾਂ ਦਾ ਮੈਡੀਕਲ ਚੈੱਕਅਪ ਕੀਤਾ? ਨਹੀਂ, ਮੈਡੀਕਲ ਚੈੱਕਅਪ ਨਹੀਂ ਕੀਤਾ, ਉਹਨੇ 15 ਦਿਨ ਵਾਸਤੇ ਕਿਹਾ ਵੀ ਤੁਸੀਂ ਉਰੇ ਰਹੋ, ਜੇ ਕੋਈ ਪ੍ਰੋਬਲਮ ਆਉਂਦੀ ਉਸ ਤੋਂ ਬਾਅਦ ਗੌਰਮੈਂਟ ਦੀ ਹਦਾਇਤਾਂ ਵੀ ਫਿਰ ਕਰਾਂਗੇ। ਠੀਕ ਹੈ, ਮਤਲਬ ਜਿਹੜਾ ਇਹਨਾਂ ਦਾ ਕੋਵਿਡ ਦਾ ਕਰੋਨਾ ਦਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਟੈਸਟ ਆ, ਉਹ ਨਹੀਂ ਹਲੇ ਕੀਤਾ? ਠੀਕ ਹੈ ਜੀ, ਉਹ ਤੁਹਾਡੇ ਮੁਤਾਬਿਕ ਉਹ 13 ਦਿਨ ਬਾਅਦ ਕੀਤਾ ਜਾਊਗਾ? 13-14 ਦਿਨ ਬਾਅਦ ਜੇ ਕੋਈ ਪ੍ਰੋਬਲਮ ਕਿਸੇ 'ਚ ਆਉਂਦੀ ਹੈ ਫਿਰ ਉਹ ਕੀਤਾ ਜਾਂਦਾ। ਠੀਕ ਹੈ ਸਰ, ਅਤੇ ਕਿੰਨਾ ਚਿਰ ਇਹ ਆਈਸੋਲੇਟ ਰਹਿਣਗੇ? 15 ਦਿਨ ਦੀ ਹਦਾਇਤ ਦਿੱਤੀ ਗਈ ਹੈ ਜੀ ਇਹਨਾਂ ਨੂੰ, ਇਹ ਪਾਲਣਾ ਪੂਰੀ ਕਰ ਰਹੇ ਨੇ, ਸਾਨੂੰ ਵੀ ਖੁਸ਼ੀ ਹੈ ਵੀ ਸਾਡਾ ਸਾਥ ਦੇ ਰਹੇ ਨੇ ਜੋ ਤੁਸੀਂ। ਠੀਕ ਹੈ ਜੀ, ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਨਵਨੀਤ ਕੌਰ, CWT ਪ੍ਰਾਈਮ ਟੀਵੀ। ਤੁਸੀਂ ਦੇਖ ਰਹੇ ਹੋ CWT ਪ੍ਰਾਈਮ ਟੀਵੀ, ਗੱਲ ਤੁਹਾਡੇ ਹੱਕ ਅਤੇ ਸੱਚ ਦੀ।